ਲਾਈਕ ਹਰ ਤਰ੍ਹਾਂ ਦੇ ਨਾਲ ਆਡੀਅੰਸ ਦੇ ਨਾਲ ਕਹਿੰਦੇ ਨਾ ਕਿਰਦਾਰ ਐਸਾ ਜੁੜ ਗਿਆ ਆ। ਜਦ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕਹਿੰਦੇ ਨਾ ਪਹਿਚਾਣ ਜਿਹੜੀ ਤੁਹਾਡੀ ਹੈਗੀ ਆ ਪੰਮੇ ਤੋਂ, ਜਿਹਨੂੰ ਲੋਕਾਂ ਦੇ ਦਿਲ 'ਚ ਵੜ ਗਏ, ਬਥੇਰਿਆਂ ਨੂੰ ਇਹ ਨਹੀਂ ਪਤਾ ਸੀਗਾ 21 ਤਰੀਕ ਨੂੰ ਆ ਰਹੀ ਹੈ ਚਪਾਲ ਦੇ ਉੱਤੇ, ਚਪਾਲ ਦੇ ਉੱਤੇ ਪਲਸਤਰ, ਤੂੰ ਜਿਹਦੇ ਲਈ ਮੈਨੂੰ ਬਿਠਾਇਆ ਉਹਦੀ ਗੱਲ ਨਹੀਂ ਕਰਦਾ, ਬਹੁਤ ਚਲਾਕ ਆ ਰਿਹਾ ਸੀਗਾ। ਮੈਂ ਉਹੀ ਕਹਿ ਰਿਹਾ ਕਿ ਬਤੌਰ ਰਾਈਟਰ ਨਾ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਨਾ ਪੰਮਾ ਐਡਾ ਚੰਗਾ ਰਾਈਟਰ ਹੈ ਨਾ। ਲਾਈਕ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਦੀ ਕਲਮ ਦੀ ਜਦ ਤੁਸੀਂ ਫਰੋਲਣ ਲੱਗੋਗੇ ਨਾ ਉਹ ਨਿਕਲਦੀ ਹੈ। ਜਦ ਆਹ ਪਲਾਸਟਰ ਦੀ ਤੁਸੀਂ ਦੱਸੀ ਕਿ ਆਹ ਇੱਕ ਪਾਸੇ ਉਹ ਪਲਾਸਟਰ, ਇੱਕ ਪਾਸੇ ਆਹ ਪਲਾਸਟਰ, ਕਹਾਣੀਆਂ ਜੁੜਦੀਆਂ ਨੇ, ਇਹ ਕਹਾਣੀਆਂ ਅੰਦਰ ਕਿੰਨੀਆਂ ਕੁ ਹੈਗੀਆਂ ਨੇ? ਬਹੁਤ ਆ। ਵੈਸੇ ਵੀ ਮੈਂ ਤੁਹਾਨੂੰ ਦੱਸਦਾ ਗਾ ਵੀ ਤੁਸੀਂ ਬਹਿ ਜਾਣਾ, ਮੈਂ ਦੱਸਿਆ ਨਾ ਵੀ ਗਿੱਪੀ ਬਾਈ ਜੀ ਗੱਲ ਸੁਣਾਈ ਜਾਂਦੇ ਸੀ ਵੀ ਉਹਨਾਂ ਦੇ ਦੋਸਤ ਦੇ ਪਲਸਤਰ ਲੱਗ ਗਿਆ। ਉੱਧਰੋਂ ਮੈਨੂੰ ਮਿਸਤਰੀ ਦਾ ਫੋਨ ਆਇਆ, ਕਹਿੰਦਾ ਵੀਰੇ ਦੋ ਤਿੰਨ ਬੋਰੀਆਂ ਲਿਆਉਣੀਆਂ ਸੀਮੈਂਟ ਦੀਆਂ, ਬਾਹਰਲੀ ਕੰਧ ਅੰਦਰ ਰਹਿ ਗਈ ਪਲਸਤਰ ਕਰਨ ਵਾਲੀ, ਉਹ ਇੱਥੋਂ ਹੀ ਗੱਲ ਮੈਨੂੰ ਫੁਰ ਪਈ ਚੱਲ ਪਈ। ਸੋ ਐਂ ਕਰਕੇ ਹੀ ਹੁੰਦਾ। ਹਾਂ ਵਾਧੂ ਕਰੇ ਕੋਈ ਬੰਦਾ ਕੁੱਟੇ ਜਿਹਦੇ ਪਲਸਤਰ ਲਵਾਤਾ ਹੋਵੇ ਤੁਸੀਂ? ਨਹੀਂ ਮੈਂ ਯਾਦ ਆ ਗਿਆ ਤੁਹਾਨੂੰ? ਨਹੀਂ ਨਹੀਂ ਉਹ ਪਹਿਲਾਂ ਦੇਖੋ ਉਦੋਂ ਕਾਲਜ ਤਾਂ ਨਹੀਂ ਹੁੰਦਾ, ਕਾਲਜ ਹੁੰਦਾ ਨਾ ਕਿ ਦੇਖੋ ਸਾਡਾ ਗਰੁੱਪ, ਸਾਡਾ ਗਰੁੱਪ ਸੀਗਾ, ਸਾਡਾ ਗਰੁੱਪ ਸੀਗਾ। ਤੈਨੂੰ ਇੱਕ ਫੋਟੋ ਭੇਜ ਦੂੰਗਾ ਮੈਂ, ਅੱਛਾ, ਜਿਹੜਾ ਸੈਕਟਰ 17 ਦਾ ਪੋਸਟਰ ਬਣਾਉਣਾ। ਮੈਂ ਉਹਦੇ ਵਾਸਤੇ ਬੜਾ ਐਕਸਾਈਟਡ। ਹੁਣ ਹੋਲੀ ਆਉਂਦੀ ਪਈ ਹੈ ਨਾ, ਹੋਲੀ ਤੇ ਅਸੀਂ 40-45 ਜਣੇ ਹੁੰਦੇ ਸੀ। ਅੱਛਾ, ਹੋਲੀ ਕਦੇ ਇੱਕ ਦੋ ਜਣਾ ਨਹੀਂ? ਬਿਲਕੁਲ ਬਿਲਕੁਲ, ਅਸੀਂ ਕਿਤੇ ਵਿਆਹ ਵੀ ਗਏ ਤਾਂ ਵੀ ਉੱਥੇ ਕਿਤੇ ਵੀ ਸਾਰੇ ਇਕੱਠੇ ਹੀ ਰਹਿੰਦੇ ਸੀ। ਗਰੁੱਪ ਸਾਡਾ ਸੀਗਾ, ਕਹਿੰਦੇ ਹੁੰਦੇ ਸੀ ਵੀ ਕਲਾਕਾਰ ਨਾ ਕਾਂ ਵਾਂਗੂ ਇਕੱਠੇ ਹੋ ਜਾਂਦੇ, ਮਾਹੌਲ ਜਿਹਾ ਸੀਗਾ ਸਾਡਾ, ਦਬ ਮੈਂ ਫਿਲਮ ਹੀ ਰਿਹਾ, ਥੋੜਾ ਦਬਦਬਾ ਜਿਹਾ ਸੀਗਾ, ਭਗਤ ਸਿੰਘ ਕਾਲਜ ਚ ਮਾਹੌਲ ਰਿਹਾ ਸਾਡਾ। ਅੱਛਾ, ਹਾਂ, ਤਾਂ ਹੀ ਕਿਤੇ ਨਾ ਕਿਤੇ ਪੰਮਾ। ਹੋਲੀ ਤਾਂ ਫਿਰ ਹੋਲੀ ਬਹੁਤ ਖਤਰਨਾਕ ਸੀ। ਉਦੋਂ ਰਾਜ ਬਰਾੜ ਬਾਈ ਦਾ ਗਾਣਾ ਆਇਆ, ਸਾਡਾ ਰਿਸ਼ਤੇਦਾਰੀ ਚ ਮੁੰਡਾ ਪੂਰਾ ਹੋ ਗਿਆ, ਜਗਮੇਲ ਸੀ ਉਹਦੇ ਕੋਲ, ਲਾਲ ਰੰਗ ਦੀ ਪੀਜੋ ਜੀਪ ਉਦੋਂ ਆਈ ਲਈ ਉਹਨੇ, ਤੇ ਕਾਲਾ ਸੀ ਮੁੰਡਾ, ਉਹ ਵੀ ਪੂਰਾ ਹੋ ਗਿਆ, ਲੜਦੇ ਲੜਾਈ ਲੜੀ ਵਾਲਾ ਸੀ ਮਾਹੌਲ, ਤੇ ਗਾਣਾ ਆਇਆ ਸੀ ਰਾਜ ਬਰਾੜ ਬਾਈ ਦਾ, ਹੋਲੀ 11 ਨਾਲ ਖੇਡੀ ਤੂੰ ਬਠੇਰੀ, ਸਾਡੇ ਵਾਰੀ ਰੰਗ ਮੁੱਕਿਆ, ਕੁਛ ਨੀ ਨਾ ਅਸੀਂ ਇੱਧਰਲੇ ਪਾਸੇ, ਅਸੀਂ ਤਾਂ ਨਾਟਕਾਂ ਵਾਲੇ ਸੀਗੇ, ਸਾਡਾ ਇੱਧਰ ਜ਼ਿਆਦਾ ਧਿਆਨ ਹੋ ਨਹੀਂ ਹੁੰਦਾ, ਪਰ ਗਾਣਾ ਹਿੱਟ ਸੀ, ਘੈਂਟ ਲੱਗਦਾ ਸੀ, ਜੀਪ ਦੇ ਵਿੱਚ 2-3 ਡਰੰਮ ਪਿੱਛੇ ਰੰਗ ਦੇ ਹੀ ਭਰੇ ਹੋਏ ਸੀ ਸਾਡੇ, ਜਿਉਂ ਫਿਰਦੇ ਸਾਹ ਜੋ ਜਿਹੜਾ ਆ ਗਿਆ ਕੋਈ ਆ ਗਿਆ। ਔਰ ਨਾ ਤੁਸੀਂ ਦੇਖੋ ਵੀ ਸ਼ਹਿਰ ਦੇ ਵਿੱਚ ਤੁਸੀਂ ਮੰਨਣਾ ਨੀ, ਦੁਕਾਨਾਂ ਵਾਲੇ ਬਾਜ਼ਾਰ ਵਾਲੇ ਵੀ, ਅਸੀਂ ਨਾਟਕ ਨੀ ਨਾ ਕੀਤਾ, ਉਹ ਕੱਟ ਜੋ ਪਰਚੀ ਨਾਟਕ ਕਰੋ, ਫਿਰ 50 ਰੁਪਈਆਂ ਦੀ ਪਰਚੀ ਕੱਟ ਦੇਣੀ ਅਸੀਂ, ਤੇ ਉਹ ਠੀਕ ਹੈ ਤੁਸੀਂ ਟਿਕਟ ਦੇ 20 ਰੁਪਏ ਵਧਾ ਲਓ, ਕੋਈ ਨੀ, ਅਸੀਂ ਇਹ ਚਾਹ ਵਾਲਾ ਮਾਹੌਲ ਕਿ ਸ਼ੁਰੂ ਤੋਂ ਮੈਂ ਕਹਿ ਸਕਦਾ ਕਿ ਭਾਗ ਐਸੇ ਸੀਗੇ ਸ਼ੁਰੂ ਤੋਂ, ਕੋਈ ਚੀਜ਼ ਨੂੰ ਹਮੇਸ਼ਾ ਹੀ ਸਪੋਰਟ ਮਿਲਿਆ, ਬਸ ਉਹ ਮਾਪਿਆਂ ਦੀ, ਬਜ਼ੁਰਗਾਂ ਦੀ, ਸਾਡੇ ਪਾਠ ਬਹੁਤ ਕਰਦੇ ਇੱਧਰ, ਬਹੁਤ ਹੈ ਸਾਡਾ, ਮੇਰੇ ਪੜਦਾਦਾ ਜੀ ਪਾਠ ਕਰਦੇ, ਦਾਦਾ ਜੀ, ਭੂਆ ਵਰਗੇ, ਡੈਡੀ, ਸਾਰੇ ਸਾਡੇ ਮਾਹੌਲ ਸਾਡੇ ਹੈਗਾ। ਹੁਣ ਵੀ ਮੈਂ ਘਰੇ ਇੱਥੇ ਫਲੈਟ 'ਚ ਵੀ ਜਾਂ ਕਿਤੇ ਵੀ, ਇਹਨਾਂ ਕੋਲ ਵੀ ਅਸੀਂ ਹੁਣ ਲੋਕੇਸ਼ਨਾਂ ਦੇਖਣ ਗਏ ਸੀ, ਤੇ ਮੈਂ ਜਦੋਂ ਉੱਠਿਆ ਤੇ ਮੈਂ ਕਿਹਾ ਯਾਰ, ਤੇ ਚੀਮਾ ਕਹਿੰਦਾ ਨਹੀਂ ਬਾਈ ਮਾੜਾ ਜਿਹਾ ਆ ਜਾਓ ਉੱਧਰਲੇ ਪਾਸੇ ਕਮਰੇ ਨੂੰ। ਸਵੇਰੇ ਅੱਖ ਖੁੱਲ ਗਈ, ਮੂੰਹ ਹੱਥ ਧੋ ਕੇ ਕਰਕੇ ਮੋਬਾਈਲ ਤੇ ਕਾਤੇ ਜਪਜੀ ਸਾਹਿਬ ਲੱਗ ਜਾਣਾ, ਇਹ ਆਦਤ ਇਹਨਾਂ ਨੂੰ ਵੀ ਪਾਤੀ। ਮੈਂ ਕਿਹਾ ਵੀ ਨਹੀਂ, ਕਿਉਂਕਿ ਸਕੂਨ ਮਿਲਦਾ ਮਾਹੌਲ, ਔਰ ਗੱਲ ਕੱਲੀ ਇੰਨੀ ਨਹੀਂ, ਮੈਨੂੰ ਅਨੁਰਾਧਾ ਪੌੜਵਾਲ ਦੀ ਆਰਤੀ ਵੀ ਬਹੁਤ ਘੈਂਟ ਲੱਗਦੀ ਹੈ, ਕਿਉਂਕਿ ਅਸੀਂ ਨਿੱਕੇ ਹੁੰਦੇ ਜਦੋਂ ਸਾਨੂੰ ਪਤਾ ਲੱਗਾ ਨਾ ਵੀ ਫਾਈਟ ਸਿੱਖਣੀ ਪੈਂਦੀ ਹੈ, ਸਾਡੇ ਰਾਮ ਬਾਗ ਆ ਪਾਰਕ ਟਾਈਪ, ਤੇ ਉੱਥੇ ਸਵੇਰੇ ਮੁੰਡੇ ਕਰਾਟੇ ਵਾਲੇ ਆਉਂਦੇ ਹੁੰਦੇ ਸੀ ਖੇਡਣ, ਤੇ ਅਸੀਂ ਇੱਕ ਮੁੰਡੇ ਨੂੰ ਗਾਹ ਕਰਨਾ, ਐਂ ਕਰਕੇ ਨੀ ਪੁੱਠੀ ਡਾਈ ਲਾਉਂਦੇ ਹੁੰਦੇ ਸੀ, ਉਹ ਕਰਾਟੇ ਸਿੱਖੇ ਤੇ ਕੀਤਾ ਸਾਰਾ ਕੁਛ ਹੈ। ਉਹਦੇ ਸਾਹਮਣੇ ਕ੍ਰਿਸ਼ਨ ਜੀ ਦਾ ਸੀਗਾ ਮੰਦਿਰ, ਤੇ ਉਹਦੇ 'ਚ ਸਵੇਰੇ ਉਹ ਆਰਤੀ ਲੱਗੀ ਹੁੰਦੀ ਸੀ, ਮੈਨੂੰ ਉਹੀ ਸਾਰਾ ਕੁਝ ਯਾਦ ਆ ਜਾਂਦਾ ਵੀ ਯਾਰ ਉਹ ਸਮਾਂ ਹੈ ਨਾ, ਉਹ ਕੋਈ ਐਂ ਨਹੀਂ ਹੈਗਾ।
ਇਹਨਾਂ ਚੀਜ਼ਾਂ 'ਚ ਜਿਹੜੇ ਸਾਡੇ ਵੱਡੇ ਹੋਏ ਆ, ਸਾਡੇ ਗੁਰੂ ਹੋਏ, ਸਾਡੇ ਮਹਾਂਪੁਰਸ਼ ਹੋਏ, ਹੈ ਨਾ, ਜਿੰਨਾ ਵੀ ਉਹ ਚਾਹੇ ਕਿਸੇ ਧਰਮ 'ਚ ਵੀ ਹੋਏ, ਉਹਨਾਂ ਨੇ ਜ਼ਿੰਦਗੀ ਦੇ ਸਾਰੀਆਂ ਚੀਜ਼ਾਂ ਦਾ ਨਿਚੋੜ ਕੱਢ ਕੱਢ ਚੀਜ਼ਾਂ ਲਿਖੀਆਂ। ਬਿਲਕੁਲ।